ਮੈਂ ਭਾਰਤ ਦੀ ਜਨਤਾ ਨੂੰ ਨਹੀਂ, ਪੂਰੇ ਆਲ ਵਰਲਡ ਦੀ ਜਨਤਾ ਨੂੰ ਕਹਿੰਦਾ ਕਿ ਸ਼ੇਰਨੀ ਦੀ ਫਿਲਮ ਆ ਰਹੀ ਹੈ, ਸ਼ੇਰਨੀ ਦੀ। ਮੈਂ ਪੰਜਾਬੀ ਹਿੰਦੂ ਜੱਟ ਸ਼ੇਰ, ਮੈਂ ਕੰਗਨਾ ਰਣੌਤ ਦੇ ਨਾਲ। ਸਿੱਖ ਕਮਿਊਨਿਟੀ ਨੇ ਦੇਖਿਆ, ਉਹਨਾਂ ਨੇ ਕਿਹਾ ਵੀ ਇਸ ਦੇ ਵਿੱਚ ਸਿੰਘਾਂ ਨੂੰ ਅਲੱਗ ਤਰੀਕੇ ਨਾਲ ਦਰਸਾਇਆ ਗਿਆ, ਤੁਸੀਂ ਸਿੰਘਾਂ ਦੇ ਵਿਰੋਧ ਦੇ ਵਿੱਚ ਹੋ। ਆਪਾਂ ਪਹਿਲਾਂ ਹੀ ਕਹਿ ਦਈਏ ਵਿਰੋਧ ਕਰਨਾ, ਕਾਹਦੇ ਲਈ ਵਿਰੋਧ ਕਰਨਾ? ਕਲਾਕਾਰ ਹਾਂ ਮੈਂ ਵੀ, ਗਾਣੇ ਕੱਢੇ, ਜੇ ਮੇਰੇ ਗਾਣੇ ਦਾ ਇੱਦਾਂ ਕੋਈ ਵਿਰੋਧ ਕਰੂਗਾ ਮੈਨੂੰ ਦੁੱਖ ਲੱਗੂਗਾ। ਜੇ ਕੋਈ ਵਿਰੋਧ ਦਾ ਉਸਦੇ ਵਿੱਚ ਕਾਰਨ ਲੱਗਿਆ ਤਾਂ ਅਮਿਤ ਅਰੋੜਾ ਉਸਦਾ ਵਿਰੋਧ ਕਰੇਗਾ। ਮੇਰੀ ਗੱਲ ਸੁਣੋ, ਜੇ ਕੁਝ ਗਲਤ ਹੋਊਗਾ ਤੇ ਮੈਂ ਵਿਰੋਧ ਕਰੂੰਗਾ। ਸ਼ੰਭੂ ਬਾਰਡਰ ਤੇ ਜੋ ਹੋਇਆ, ਕੰਗਨਾ ਰਣੌਤ ਨੇ ਟਿੱਪਣੀ ਕੀਤੀ, ਕਿਸਾਨ ਕਹਿ ਰਹੇ ਨੇ ਇਹ ਕਿ ਵੀ ਉੱਥੇ ਸਾਰੇ ਜਿਹੜੇ ਨੇ ਉਹ ਗੁੰਡੇ ਨੇ, ਕਿਸਾਨ ਨਹੀਂ ਹੈ। ਕਿ ਜਿਹੜੀ ਗੱਲ ਸਹੀ ਬੋਲ ਰਿਹਾ ਤੁਹਾਨੂੰ ਪੱਤਰਕਾਰਾਂ ਨੂੰ ਵੀ ਚਾਹੀਦਾ, ਤੁਸੀਂ ਉਹਦੀ ਵਿਰੋਧਤਾ ਕਰਨ ਲਈ ਕਿਉਂ ਆ ਗਏ ਹੋ? ਅਸੀਂ ਵਿਰੋਧ ਤਾਂ ਕਰ ਹੀ ਨਹੀਂ। ਫਿਰ ਉਹਦੀ ਹੱਕ ਦੀ ਗੱਲ ਪੱਤਰਕਾਰ ਸਾਹਿਬ ਬੋਲਣਗੇ ਕਿ ਮੈਂ ਐਮਰਜੈਂਸੀ ਫਿਲਮ ਦੇਖਣ ਜਾਊਂਗਾ। ਫਿਲਮ 'ਚ ਰੋਲ ਤਾਂ ਨਹੀਂ ਚਾਹੀਦਾ ਤੁਹਾਨੂੰ ਕਿਸੇ ਦੇ ਤਾਂ ਤਾਰੀਫ ਕਰ? ਮੇਰੀ ਗੱਲ ਸੁਣੋ, ਜਦੋਂ ਰੋਲ ਮਿਲੇਗਾ ਤੁਹਾਨੂੰ ਪਹਿਲਾਂ ਬੁਲਾਊਂਗਾ, ਤੁਹਾਡੀ ਇੰਟਰਵਿਊ ਚਾਹੀਦਾ। ਮਤਲਬ ਚਾਹੀਦਾ ਲੋਕਾਂ ਨੇ ਇਹ ਕਹਿਣਾ ਕਿ ਵੀ ਐ ਤਾਂ ਕੋਈ ਤਰੀਕਾ ਲੱਭਿਆ ਨਹੀਂ ਹੈਗਾ ਹੁਣ ਕਿਸੇ ਦੀ ਤਾਰੀਫ ਕਰਕੇ ਜਾਂ ਕੰਗਨਾ ਨੇ ਤਾਰੀਫ ਕਰ ਲਈਏ ਵੀ ਅਮਿਤ ਅਰੋੜਾ ਨੂੰ ਕੋਈ ਰੋਲ ਮਿਲ ਜਾਵੇ, ਕਿਉਂਕਿ ਪਹਿਲਾਂ ਤੁਹਾਡਾ ਗਾਣਾ ਚੱਲਿਆ ਸੀਗਾ ਉਹ ਥੱਲੇ ਹੋ ਗਿਆ, ਹੁਣ ਦੁਬਾਰਾ ਸਟੈਂਡ ਖੇਡ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਜੈ ਕੁਮਾਰ। ਕੰਗਨਾ ਰਣੌਤ ਹਮੇਸ਼ਾ ਸੁਰਖੀਆਂ ਦੇ ਵਿੱਚ ਨਜ਼ਰ ਆਉਂਦੀ ਹੈ, ਭਾਵੇਂ ਕਿਸੇ ਪਾਰਲੀਮੈਂਟ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਜਾਂ ਫਿਰ ਕਿਸੇ 'ਤੇ ਟਿੱਪਣੀ ਕਰਨ ਦੇ ਗੱਲ ਨੂੰ ਲੈ ਕੇ ਹਮੇਸ਼ਾ ਸੁਰਖੀਆਂ ਦੇ ਵਿੱਚ ਨਜ਼ਰ ਆਉਂਦੀ, ਪਰ ਇਸ ਵਾਰ ਉਦੋਂ ਸੁਰਖੀਆਂ ਦੇ ਵਿੱਚ ਬਣ ਗਈ ਜਦੋਂ ਨਵੀਂ ਫਿਲਮ ਰਿਲੀਜ਼ ਹੋਈ ਅਤੇ ਉਸ ਤੋਂ ਬਾਅਦ ਕਈ ਲੋਕ ਉਸ ਫਿਲਮ ਦੇ ਵਿਰੋਧ ਦੇ ਵਿੱਚ ਨੇ, ਕਈ ਲੋਕ ਉਸ ਫਿਲਮ ਦੇ ਹੱਕ ਦੇ ਵਿੱਚ ਵੀ ਨੇ। ਤਾਂ ਗੱਲਬਾਤ ਕਰਦੇ ਹਾਂ ਕਿ ਆਖਰ ਕਿਉਂ ਲੋਕ ਵਿਰੋਧ ਕਰਨੇ। ਅਸੀਂ ਮੌਜੂਦ ਹਾਂ ਅਮਿਤ ਅਰੋੜਾ, ਜੋ ਕਿ ਉਹਨਾਂ ਦੇ ਕੱਟੜ ਫੈਨ ਨੇ, ਮੇਰੇ ਨਾਲ ਮੌਜੂਦ ਨੇ। ਅਮਿਤ ਅਰੋੜਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਜੈ ਸ਼੍ਰੀ ਕ੍ਰਿਸ਼ਨਾ, ਜੈ ਸ਼੍ਰੀ ਰਾਧੇ, ਠਾਕੁਰ ਜੀ ਕਾ ਆਸ਼ੀਰਵਾਦ ਸਦਾ ਸਭ ਪਰ ਬਣਾ ਰਹੇ, ਬਾਂਕੇ ਬਿਹਾਰੀ ਕਿਰਪਾ ਸਦਾ ਸਭ ਪਰ ਬਣੀ ਰਹੇ। ਪਹਿਲਾਂ ਤਾਂ ਸਾਰੇ ਦੇਸ਼ ਵਾਸੀਆਂ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਜਨਮ ਅਸ਼ਟਮੀ ਦੀ ਲੱਖ ਲੱਖ ਵਧਾਈਆਂ ਹੋਣ, ਔਰ ਸਾਰੇ ਹੀ ਇਸ ਦਿਨ ਖੁਸ਼ੀਆਂ ਮਾਨੋ, ਕਿਉਂਕਿ ਪ੍ਰਭੂ ਦਾ ਆਸ਼ੀਰਵਾਦ ਸਾਰਿਆਂ 'ਤੇ ਵਸਦਾ ਹੈ ਜੀ। ਅਮਿਤ ਅਰੋੜਾ ਸਾਹਿਬ, ਇੱਕ ਫਿਲਮ ਆ ਰਹੀ ਹੈ ਕੰਗਨਾ ਰਣੌਤ ਦੀ, ਜਿਸ ਨੂੰ ਲੈ ਕੇ ਬਹੁਤ ਜ਼ਿਆਦਾ ਵਿਵਾਦ ਹੋ ਰਿਹਾ, ਕਿਵੇਂ ਦੇਖਦੇ ਹੋ ਉਸ ਫਿਲਮ? ਪਹਿਲੀ ਗੱਲ ਹੈ, ਤੁਸੀਂ ਵਿਵਾਦ ਕਿਉਂ ਕਹਿੰਦੇ ਹੋ? ਤੁਸੀਂ ਪੱਤਰਕਾਰ ਹੋ, ਤੁਹਾਨੂੰ ਚਾਹੀਦਾ ਕਿ ਕਲਾਕਾਰ ਦੀ ਹੌਸਲਾ ਅਫਜਾਈ ਕਰੋ। ਜੇ ਆਪਾਂ ਹੌਸਲਾ ਅਫਜਾਈ ਕਰਾਂਗੇ, ਇੱਕ ਤਾਂ ਤਨੋ ਮਨੋ ਤੁਹਾਨੂੰ ਦੇਖੋ, ਉਹਨੇ ਜ਼ੋਰ ਲਾਇਆ ਕਿ ਫਿਲਮ ਆ ਰਹੀ ਐਮਰਜੈਂਸੀ, ਨਾ ਤੁਸੀਂ ਦੇਖੀ, ਨਾ ਮੈਂ ਦੇਖੀ, ਨਾ ਕਿਸੇ ਨੇ ਦੇਖੀ ਹੈ, ਉਹ ਘੱਟੋ ਘੱਟ ਦੇਖਣ ਤੇ ਜਾਓ। ਆਪਾਂ ਪਹਿਲਾਂ ਹੀ ਵਿਰੋਧ ਤੇ ਆ ਗਏ। ਵਿਰੋਧ ਹੋ ਕਿਉਂ ਰਿਹਾ? ਤੁਸੀਂ ਉਹਨਾਂ ਦੇ ਫੈਨ ਹੋ, ਤੁਸੀਂ ਬਕਾਇਦਾ ਜਾਣਦੇ ਹੋਵੋਗੇ ਵੀ ਕੀ ਚੀਜ਼ ਹੈ, ਤੁਸੀਂ ਫਿਲਮ ਦੇਖੀ ਹੋਣੀ, ਵਿਰੋਧ ਕਿਉਂ ਹੋ ਰਿਹਾ ਉਸਦਾ? ਤੁਸੀਂ ਫਿਲਮ ਦੇਖੀ ਹੈ? ਮੈਂ ਕਿੱਥੋਂ ਦੇਖ ਲਈ? ਹਲੇ ਹਜੇ ਫਿਲਮ ਲੱਗਣੀ ਹੈ 6 ਨੂੰ, ਜਦੋਂ ਲੱਗੂਗੀ ਤੁਹਾਨੂੰ ਫੋਨ ਮਾਰਾਂਗਾ, ਆਇਓ ਚੱਲੀਏ ਇਕੱਠੇ ਦੇਖਣ, ਕਿਉਂਕਿ ਮੈਂ ਭਾਰਤ ਦੀ ਜਨਤਾ ਨੂੰ ਨਹੀਂ, ਪੂਰੇ ਆਲ ਵਰਲਡ ਦੀ ਜਨਤਾ ਨੂੰ ਕਹਿੰਦਾ ਕਿ ਸ਼ੇਰਨੀ ਦੀ ਫਿਲਮ ਆ ਰਹੀ ਹੈ, ਸ਼ੇਰਨੀ ਦੀ, ਔਰ ਸ਼ੇਰਨੀ ਦੀ ਫਿਲਮ ਦੇਖਣ ਸਾਰੇ ਜ਼ਰੂਰ ਜਾਣ। ਆਪਣਾ ਕੰਮ ਹੈ ਕਿ ਦੇਖੋ, ਭਾਰਤ ਕੀ ਬੇਟੀ ਕਹਿੰਦੇ ਹਾਂ ਅਸੀਂ, ਕਿਉਂਕਿ MP ਵੀ ਹੈ, ਔਰ MP ਨੇ ਹੋਣ ਦੇ ਨਾਤੇ ਉਹਨੇ ਦੇਸ਼ ਦੀ ਸੇਵਾ ਵੀ ਕਰਦੀ ਹੈ, ਸਰਕਾਰ ਦੇ ਵਿੱਚ ਵੀ ਹੈਗੀ ਹੈ, ਔਰ ਆਪਾਂ ਨੂੰ ਚਾਹੀਦਾ ਕਿ ਕਲਾਕਾਰ ਵੀ ਹੈਗੀ ਹੈ, ਕਲਾਕਾਰ ਦੀ ਹੌਸਲਾ ਅਫਜਾਈ ਕਰਨਾ ਸਾਡੇ ਸਾਰਿਆਂ ਦਾ ਫਰਜ਼ ਹੈ, ਔਰ ਪੱਤਰਕਾਰ ਸਾਹਿਬ ਇਹ ਫਰਜ਼ ਤੁਸੀਂ ਵੀ ਨਿਭਾਓ, ਕਿਉਂਕਿ ਸਾਨੂੰ ਸਾਰਿਆਂ ਨੂੰ ਰਲ ਕੇ ਨਿਭਾਉਣਾ ਚਾਹੀਦਾ। ਮੈਂ ਪੰਜਾਬੀ ਹਿੰਦੂ ਜੱਟ ਸ਼ੇਰ, ਮੈਂ ਕੰਗਨਾ ਰਣੌਤ ਦੇ ਨਾਲ, ਔਰ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ
ਸੁਪਰ ਡੁਪਰ ਹਿੱਟ ਜਾਏਗੀ। ਜਿਹੜੀ ਟ੍ਰੇਲਰ ਉਹਦਾ ਨਿਕਲਿਆ ਹੈਗਾ, ਸਿੰਘਾਂ ਨੇ ਦੇਖਿਆ, ਸਿੱਖ ਕਮਿਊਨਿਟੀ ਨੇ ਦੇਖਿਆ, ਉਹਨਾਂ ਨੇ ਕਿਹਾ ਵੀ ਇਸ ਦੇ ਵਿੱਚ ਸਿੰਘਾਂ ਨੂੰ ਅਲੱਗ ਤਰੀਕੇ ਨਾਲ ਦਰਸਾਇਆ ਗਿਆ, ਤੁਸੀਂ ਸਿੰਘਾਂ ਦੇ ਵਿਰੋਧ ਦੇ ਵਿੱਚ ਹੋ। ਗੱਲ ਸੁਣੋ, ਹਿੰਦੂ ਸਿੱਖ ਦੇ ਇੱਕ ਨੋ ਮਾਰ ਦਾ ਰਿਸ਼ਤਾ, ਅਸੀਂ ਇਕੱਠੇ ਹਾਂ। ਉਹ ਫਿਲਮ ਤੇ ਦੇਖੀਏ ਪਹਿਲਾਂ ਹੈ ਕੀ ਹੈ। ਟ੍ਰੇਲਰ ਤਾਂ ਦੇਖਿਆ ਨਾ, ਉਹਨਾਂ ਲੋਕਾਂ ਨੇ ਦੇਖਿਆ ਤਾਂ ਹੀ। ਗੱਲ ਸੁਣੋ, ਕੁਛ ਪਤਾ ਤੇ ਲੱਗੇ ਫਿਲਮ ਦੇ ਵਿੱਚ ਹੈ ਕੀ ਹੈ, ਸਟੋਰੀ ਕੀ ਹੈ, ਇਹ ਕੀ ਦਰਸਾਇਆ, ਕੀ ਹੈਗਾ, ਇੱਕ ਵਾਰ ਦੇਖਣ ਦੇ ਸਹੀ, ਸਾਰੇ ਦੇਖਣ ਨਾਲ ਹੀ ਪਤਾ ਲੱਗੂਗਾ। ਆਪਾਂ ਪਹਿਲਾਂ ਹੀ ਕਹਿ ਦਈਏ ਵਿਰੋਧ ਕਰਨਾ, ਕਾਹਦੇ ਲਈ ਵਿਰੋਧ ਕਰਨਾ? ਕਲਾਕਾਰ ਹਾਂ ਮੈਂ, ਵੀ ਗਾਣੇ ਕੱਢੇ, ਜੇ ਮੇਰੇ ਗਾਣੇ ਦਾ ਕੋਈ ਵਿਰੋਧ ਕਰੂਗਾ ਮੈਨੂੰ ਦੁੱਖ ਨਹੀਂ ਲੱਗੂਗਾ। ਤਨੋ ਮਨੋ ਤਨੋ, ਮੈਂ ਹਰ ਚੀਜ਼ ਆਪਣੇ ਗਾਣੇ ਦੇ ਉੱਤੇ ਲਾਈ ਹੈ। ਜੇ ਉਹਨੇ ਆਪਣੇ ਹਰ ਚੀਜ਼ ਗਾਣੇ ਦੇ ਉੱਪਰ ਫਿਲਮ ਦੇ ਉੱਪਰ ਲਾਈ ਹੈ ਤੇ ਮਤਲਬ ਆਪਾਂ ਕਿਸੇ ਦਾ ਦਿਲ ਨਾ ਦੁਖਾਈਏ। ਉਹ ਤੇ ਵੈਸੇ ਹੀ ਸਾਡੇ ਦੇਖੋ ਭਾਰਤ ਦੀ ਸੇਵਾ ਕਰ ਰਹੀ ਹੈ, ਸਾਡੇ ਦੇਸ਼ ਦੀ ਸੇਵਾ ਕਰ ਰਹੀ ਹੈ। ਔਰ ਸਾਨੂੰ ਪੰਜਾਬੀ ਹਿੰਦੂਆਂ ਨੂੰ ਚਾਹੀਦਾ, ਪੰਜਾਬੀ ਹਿੰਦੂਆਂ ਨੂੰ ਚਾਹੀਦਾ ਕਿ ਅਸੀਂ ਵੱਧ ਤੋਂ ਵੱਧ ਸਾਥ ਦਈਏ ਹਿੰਦੂ ਕੌਮ, ਪੰਜਾਬੀ ਹਿੰਦੂ ਕੌਮ ਤਾਂ ਇੱਦਾਂ ਦੀ ਹੈ ਕਿ ਅਸੀਂ ਤਾਂ ਹਰ ਕਿਸੇ ਦੇ ਦੁੱਖ ਸੁੱਖ ਦੇ ਵਿੱਚ ਵੈਸੇ ਹੀ ਚਲੇ ਜਾਂਦੇ ਹਾਂ ਕਿ ਸਾਡੇ ਭਰਾ ਨੇ, ਅਸੀਂ ਤਾਂ ਸਾਡੇ ਪੰਜਾਬੀਆਂ ਦੇ ਦਿਲ ਤਾਂ ਬਹੁਤ ਖੁੱਲ੍ਹੇ ਹੁੰਦੇ ਆ। ਔਰ ਅਸੀਂ ਪੰਜਾਬੀ ਪੂਰਾ, ਮੈਂ ਕਹਿੰਦਾ ਪੰਜਾਬ ਦੇ ਵਿੱਚ ਬੜ ਚੜ ਕੇ ਸਾਥ ਦੇਵਾਂਗੇ ਕੰਗਨਾ ਰਣੌਤ ਦਾ, ਕਿ ਕੰਗਨਾ ਰਣੌਤ ਪੂਰਾ ਭਾਰਤ ਤੇਰੇ ਸਾਥ ਹੈ, ਪੂਰਾ ਆਲ ਵਰਲਡ ਤੇਰੇ ਸਾਥ ਹੈ, ਫਿਲਮ ਚਲੇਗੀ ਬਹੁਤ ਬੜੀਆ। ਕੀ ਲੱਗਦਾ ਕਿ ਜਿਹੜੀ ਟਿੱਪਣੀ ਕਰਦੇ ਆ ਕਦੇ ਸਿੱਖਾਂ ਨੂੰ ਲੈ ਕੇ, ਕਦੇ ਕਿਸਾਨਾਂ ਨੂੰ ਲੈ ਕੇ, ਉਸਦੇ ਕਾਰਨ ਤਾਂ ਨਹੀਂ ਇਹਨੂੰ ਵਿਰੋਧ ਕਰਦੇ? ਕਿਹੜੀ ਤੁਸੀਂ ਟਿੱਪਣੀ ਸੁਣ ਲਈ? ਕਿਹੜੀ ਟਿੱਪਣੀ? ਅੱਜ ਅੱਜ ਸੋਸ਼ਲ ਮੀਡੀਆ ਤੇ ਚੱਲ ਰਿਹਾ ਕਿ ਕਿਸਾਨ ਅੰਦੋਲਨ ਜਿਹੜਾ ਚੱਲ ਰਿਹਾ, ਉੱਥੇ ਉਹਨਾਂ ਨੇ ਕਿਸਾਨਾਂ ਨੂੰ ਫਿਰ ਗਲਤ ਬੋਲਿਆ। ਕੋਈ ਇਹੋ ਜੀ ਮੈਂ ਗੱਲ ਨਹੀਂ ਸੁਣੀ, ਤੁਸੀਂ ਆਪਣੇ ਵੱਲੋਂ ਜੋ ਮਰਜ਼ੀ ਲਿਆਇਆ ਕਰੋ, ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਰਿਹਾ ਕਰੋ ਨਾ ਫਿਰ, ਤੁਸੀਂ ਦੇਖਿਆ ਕਰੋ ਨਾ ਫਿਰ ਮੇਰੀ ਵੀਡੀਓ, ਉਹ ਚੀਜ਼ਾਂ ਨਹੀਂ ਦੇਖਦੇ? ਮੇਰੀ ਵੀਡੀਓ ਦੇਖੀ ਆਏ ਹੋ ਕਿ ਅਮਿਤ ਅਰੋੜਾ ਨੇ ਕੰਗਨਾ ਰਣੌਤ ਦੇ ਹੱਕ ਦੀ ਗੱਲ ਕੀਤੀ ਆ? ਚਲੋ ਜੀ ਅਮਿਤ ਅਰੋੜਾ ਦੀ ਇੰਟਰਵਿਊ ਲੈ ਲਈਏ, ਤੁਸੀਂ ਦੇਖ ਕੇ ਮਾਰੇ ਨਾ। ਅਸੀਂ ਤਾਂ ਹੀ ਆਏ ਆ ਨਾ, ਵੀ ਐਸੀ ਕਿਹੜੀ ਚੀਜ਼ ਹੈ ਜਿਹੜੀ ਅਮਿਤ ਅਰੋੜਾ ਨੂੰ ਦੇਖੀ ਤੇ ਜਿਹੜੀ ਉਹ ਸਿੱਖਾਂ ਨੂੰ ਨਹੀਂ ਦੇਖੀ? ਸੁਣਨ ਦਾ ਮਾਇਨਾ ਦੋੜਖੋ, ਤੁਸੀਂ ਇੱਕ ਪਾਸੇ ਕਹਿ ਰਹੇ ਹੋ ਸੋਸ਼ਲ ਮੀਡੀਆ ਦੇਖਿਆ ਕਰੋ, ਜੇ ਸੋਸ਼ਲ ਮੀਡੀਆ ਤੇ ਮੈਂ ਬੋਲਦਾ ਵਾਂ ਤੁਸੀਂ ਤਦ ਹੀ ਚੱਲ ਕੇ ਆਏ ਹੋ, ਤੁਸੀਂ ਦੇਖਿਆ ਕਰੋ ਕਿ ਸੋਸ਼ਲ ਮੀਡੀਆ ਕਿ ਅਮਿਤ ਅਰੋੜਾ ਨੇ ਕਿਹੜੀ ਗੱਲ ਬੋਲੀ ਹੈ, ਕਿਹੜੀ ਗੱਲ ਦਾ ਤੱਥ ਹੈਗਾ, ਕਿਹੜੀ ਗੱਲ ਤੇ ਅਮਿਤ ਅਰੋੜਾ ਬੋਲ ਰਿਹਾ ਕਿ ਜਿਹੜੀ ਗੱਲ ਸਹੀ ਬੋਲ ਰਿਹਾ। ਤੁਹਾਨੂੰ ਪੱਤਰਕਾਰਾਂ ਨੂੰ ਵੀ ਚਾਹੀਦਾ, ਤੁਸੀਂ ਉਹਦੀ ਵਿਰੋਧਤਾ ਕਰਨ ਲਈ ਕਿਉਂ ਆ ਗਏ ਹੋ? ਅਸੀਂ ਵਿਰੋਧ ਤਾਂ ਕਰ ਹੀ ਨਹੀਂ ਰਹੇ, ਅਸੀਂ ਕਿਉਂ ਵਿਰੋਧ ਕਰਾਂਗੇ? ਅਸੀਂ ਵਿਰੋਧ ਨਹੀਂ ਕਰ ਰਹੇ। ਇੱਕ ਜੀ ਤੁਸੀਂ ਵਿਰੋਧ ਨਹੀਂ ਕਰ ਰਹੇ, ਫਿਰ ਉਹਦੀ ਹੱਕ ਦੀ ਗੱਲ ਪੱਤਰਕਾਰ ਸਾਹਿਬ ਬੋਲਣਗੇ ਕਿ ਮੈਂ ਐਮਰਜੈਂਸੀ ਫਿਲਮ ਦੇਖਣ ਜਾਊਂਗਾ? ਬਿਲਕੁਲ ਜਾਵਾਂਗੇ, ਅਸੀਂ ਜਾਵਾਂਗੇ, ਜੇ ਗਲਤ ਹੋਏਗਾ ਉਸ ਦੇ ਵਿੱਚ ਤਾਂ ਗਲਤ ਦੱਸਾਂਗੇ, ਜੇ ਸਹੀ ਹੋਏਗਾ ਤਾਂ ਅਸੀਂ ਸਹੀ ਦੱਸਾਂਗੇ। ਇਹ ਗੱਲ ਹੈਗੀ ਇਨਸਾਨੀਅਤ ਦੀ। ਦੇਖੋ ਦਿਲ ਤੇ ਹਰ ਕਿਸੇ ਦਾ ਕਰਦਾ ਕਿ ਦੇਖੋ ਹੁਣ ਇਹਨਾਂ ਦਾ ਮਨੋ ਆਇਆ ਨਾ ਕਿ ਮੈਂ ਫਿਲਮ ਦੇਖਣ ਜਾਊਂਗਾ, ਮਤਲਬ ਇਹਨਾਂ ਨੇ ਸਹੀ ਗੱਲ ਕਹੀ ਹੈ ਕਿ ਜੇ ਕੋਈ ਗਲਤ ਹੋਊਗਾ ਗਲਤ ਦਿਖਾਵਾਂਗੇ, ਜੇ ਸਹੀ ਹੋਊਗਾ ਸਹੀ। ਇਸ ਲਈ ਸਾਰੀ ਜਨਤਾ ਨੂੰ ਤੁਸੀਂ ਆਪਣੇ ਚੈਨਲ ਦਾ ਵੀ ਅਪੀਲ ਕਰੋ ਕਿ ਪੂਰਾ ਆਲ ਵਰਲਡ ਜਾਵੇ ਪੰਜਾਬ, ਮੈਂ ਕਹਿੰਦਾ ਪੂਰੇ, ਮੈਂ ਕਹਿੰਦਾ ਪੰਜਾਬ ਨਹੀਂ, ਹਰਿਆਣਾ ਨਹੀਂ, ਹਿਮਾਚਲ ਨਹੀਂ, ਜੰਮੂ ਨਹੀਂ, ਜਿੰਨੇ ਵੀ ਸਟੇਟਾਂ ਸਾਰੇ ਥੀਏਟਰ ਫੁੱਲ ਬਟਾ ਫੁੱਲ, ਮੋਲ ਥੁੱਲ ਬਟਾ ਫੁੱਲ, ਸੀਟ ਇੱਕ ਨਾ ਬਚੇ, ਮੈਂ ਕਹਿੰਦਾ ਪੂਰੀ, ਮੈਂ ਕਹਿੰਦਾ ਸੁਪਰ ਡਬਰ ਹਿੱਟ, ਮੈਂ ਕਹਿੰਦਾ ਪਹਿਲੇ ਦਿਨ ਹੀ ਫਿਲਮ ਵੱਟ ਕਰ ਦੇਵੇ, ਪਤਾ ਲੱਗੇ ਕਿ ਸ਼ੇਰਨੀ ਦੀ ਫਿਲਮ ਸੀਗੀ। ਅਰੋੜਾ ਸਾਹਿਬ, ਇੰਨੀ ਤੁਸੀਂ ਤਾਰੀਫ ਕਰਦੇ ਹੋ, ਤੁਹਾਨੂੰ ਕਦੇ ਕੰਗਨਾ ਰਣੌਤ ਦਾ ਫੋਨ ਆਇਆ ਕਿ ਵੀ ਅਮਿਤ ਅਰੋੜਾ ਸਾਹਿਬ ਤੁਸੀਂ ਸਾਡੀ ਫਿਲਮ ਦੀ ਪ੍ਰਮੋਸ਼ਨ ਵੀ ਕਰ ਰਹੇ ਹੋ, ਸਭ ਕੁਝ ਕਦੇ ਤੁਹਾਨੂੰ ਪੁੱਛਿਆ ਉਹਨਾਂ ਨੇ? ਉਹ ਬੱਲੇ ਗੱਲ ਬਹੁਤ ਵਧੀਆ ਕੀਤੀ ਹੈ, ਔਰ ਤੁਹਾਡੇ ਮੂੰਹ 'ਚ ਮੈਂ ਕਹਿੰਦਾ ਲੱਡੂ, ਕਿਉਂਕਿ ਬਹੁਤ ਜਲਦ ਜੇ ਫੋਨ ਵਜਿਆ ਵੀ ਸਾਰਿਆਂ ਨਾਲ ਪਹਿਲਾਂ ਤੁਹਾਨੂੰ ਬੁਲਾਊਂਗਾ ਕਿ ਸ਼ੇਰਨੀ ਦਾ ਫੋਨ ਆਇਆ ਸ਼ੇਰਨੂ। ਹੁਣ ਪ੍ਰਮੋਸ਼ਨ ਕੀ, ਫਿਲਮ ਦੀ ਐਂਟਰੀ ਵੀ ਅਮਿਤ ਅਰੋੜਾ ਦੀ ਹੋਏਗੀ, ਔਰ ਖੜਕਾ ਦੜਕਾ ਪੂਰਾ, ਮੈਂ ਕਹਿੰਦਾ ਦੁਨੀਆ ਦੇਖੇਗੀ ਕਿ ਕਿੱਦਾਂ ਸ਼ੇਰਨੀ ਫਿਲਮ ਬਣਾਉਂਦੇ ਨੇ। ਹੁਣ ਤੱਕ ਫੋਨ ਆਇਆ ਨਹੀਂ, ਇਹਦਾ ਮਤਲਬ ਤੁਹਾਨੂੰ? ਚਲੋ ਵੱਜ ਜੂਗਾ, ਕਾਹਦੇ ਲਈ ਬੋਝ ਪਾਇਆ ਤੁਸੀਂ? ਜੇ ਪਰਮਾਤਮਾ ਦਾ ਮੇਰੇ ਬਾਂਕੇ ਬਿਹਾਰੀ ਦਾ ਦਿਨ, ਅੱਜ ਜਨਮ ਅਸ਼ਟਮੀ ਹੈ ਤੇ ਉਹ ਵੀ ਦਿਨ ਦੂਰ ਨਹੀਂ ਹੈ ਜਿਸ ਦਿਨ ਫਿਰ ਫਿਲਮ ਵੀ ਕੰਗਨਾ ਤੇ ਅਮਿਤ ਅਰੋੜਾ ਦੀ ਇਕੱਠੀ ਬਣੂਗੀ। ਅਰੋੜਾ ਸਾਹਿਬ, ਮੈਨੂੰ ਲੱਗਦਾ ਹੈ ਕਿ ਤੁਸੀਂ ਹੁਣ ਕਿਤੇ ਹੋਰ ਪਾਸੇ ਪਲਟੀ ਮਾਰਨ ਲੱਗੇ ਹੋ ਕਿ ਹੁਣ ਕੰਗਨਾ ਰਣੌਤ MP ਬਣ ਗਏ, ਪਹਿਲਾਂ ਤਾਂ ਅਦਾਕਾਰਾ ਸੀ, ਹੁਣ ਤੁਸੀਂ ਉਹਦੀ ਤਾਰੀਫ ਕਰ ਰਹੇ ਹੋ, ਜਾਂ ਤਾਂ ਤੁਹਾਨੂੰ ਪ੍ਰਮੋਸ਼ਨ ਦੇ ਪੈਸੇ ਤਾਂ ਕਹਿ ਰਹੇ ਹੋ? ਮੇਰੀ ਗੱਲ ਸੁਣੋ, ਇੱਕ ਕਲਾਕਾਰ ਤੋਂ ਦੇਖੋ
ਕਲਾਕਾਰ ਤੋਂ ਦੇਖੋ ਐਮਪੀ ਬਣੀ ਕਿੰਨੀ ਵੱਡੀ ਗੱਲ ਹੈ, ਜਨਤਾ ਦਾ ਨੁਮਾਇੰਦਾ ਬਣੀ, ਜਨਤਾ ਨੇ ਚੁਣਿਆ, ਔਰ ਮੈਂ ਤਾਰੀਫ ਦਿਲੋਂ ਕਰਦਾ, ਸਲੂਟ ਕਰਦਾ, ਕਿਉਂਕਿ ਇੱਕ ਆਵਾਜ਼ ਚੱਕਣ ਦਾ ਉਸ 'ਚ ਜਜ਼ਬਾ ਹੈ। ਸ਼ੇਰਨੀ ਜੀ ਉਹ ਕਹਿੰਦਾ ਕਿ ਜਜ਼ਬੇ ਵਾਲੀ ਆਵਾਜ਼ ਚੱਕਦੀ ਹੈ ਸੰਸਦ ਦੇ ਵਿੱਚ, ਹੱਕ ਦੀ ਗੱਲ ਕਰਦੀ ਹੈ ਮੇਰੇ ਭਾਰਤ ਦੀ, ਠੀਕ ਹੈ ਜੀ। ਕੋਈ ਇਹ ਨਹੀਂ ਹੈ ਉਹ ਹਮੇਸ਼ਾ ਇੱਕੋ ਹੀ ਕਹਿੰਦੀ ਹੈ ਮੇਰਾ ਹਿੰਦੁਸਤਾਨ ਜ਼ਿੰਦਾਬਾਦ, ਮੇਰਾ ਪੰਜਾਬ, ਮੇਰਾ ਹਿਮਾਚਲ, ਮੇਰਾ ਹਰਿਆਣਾ, ਮੇਰੇ ਜਿੰਨੇ ਵੀ ਭਾਰਤ 'ਚ ਰਾਜੇ ਨੇ ਸਾਰੇ ਜ਼ਿੰਦਾਬਾਦ। ਅਤੇ ਆਪਾਂ ਨੂੰ ਇਹੋ ਜਿਹੀ ਇੱਕ ਕਲਾਕਾਰ ਮਿਲੀ ਹੈ, ਫਿਲਮ ਆ ਰਹੀ ਹੈ, ਅਤੇ ਹਰ ਕਿਸੇ ਨੂੰ ਹੌਸਲਾ ਅਫਜਾਈ ਕਰਨੀ ਚਾਹੀਦੀ ਹੈ, ਹਰ ਕਿਸੇ ਨੂੰ ਕਹਿਣਾ ਚਾਹੀਦਾ ਕੰਗਣਾ ਦੀ ਬੱਲੇ ਬੱਲੇ, ਕੰਗਣਾ ਰਣੌਤ ਜ਼ਿੰਦਾਬਾਦ। ਕੀ ਚੱਕਰ ਹੈ ਆਪਾਂ ਐਵੇਂ ਵਿਰੋਧ ਕਰੀ ਜਾਂਦੇ? ਜਦੋਂ ਸਿੱਖ ਕਮਿਊਨਿਟੀ ਨੂੰ ਉਸ ਟ੍ਰੇਲਰ ਨੂੰ ਦੇਖਿਆ ਤਾਂ ਉਹਨਾਂ ਨੇ ਇਹ ਗੱਲ ਕਹੀ ਵੀ ਇਹਦੇ ਵਿੱਚ ਸਿੱਖਾਂ ਨੂੰ ਗਲਤ ਦਰਸਾਇਆ ਗਿਆ, ਤਾਂ ਹੀ ਵਿਰੋਧ ਹੋ ਰਿਹਾ ਨਾ। ਤੁਸੀਂ ਇਹਦਾ ਮਤਲਬ ਜਾਂ ਤਾਂ ਪੰਜਾਬ ਦੇ ਹੱਕ 'ਚ ਨਹੀਂ ਹੋ, ਫਿਰ ਤੁਸੀਂ ਕਹਿੰਦੇ ਹੋ ਵੀ ਜਦੋਂ ਵੀਡੀਓ ਤੁਹਾਡੀ ਚੱਲਦੀ ਹੈ ਫਿਰ ਤੁਸੀਂ ਕਹਿੰਦੇ ਹੋ ਪੰਜਾਬ ਮੇਰੇ ਨਾਲ ਹੈ, ਪੰਜਾਬ ਮੇਰੇ ਨਾਲ ਹੈ। ਪੰਜਾਬੀ ਹਿੰਦੂ ਹਾਂ ਮੈਂ, ਹਿੰਦੂ ਜੱਟ, ਨਾਲ ਕੌਣ? ਸ਼ੇਰ। ਕੌਣ? ਸ਼ੇਰ। ਮਤਲਬ ਮੈਂ ਹਮੇਸ਼ਾ ਜਿਹੜੀ ਗੱਲ ਕਰੂੰਗਾ ਪੰਜਾਬ ਦੇ ਹੱਕ ਦੀ ਗੱਲ ਕਰੂੰਗਾ। ਪੰਜਾਬੀਆਂ ਦੇ ਦਿਲ ਹੀ ਇੰਨੇ ਵੱਡੇ ਹੁੰਦੇ ਆ, ਇੰਨੇ ਦਿਲ ਵੱਡੇ ਹੁੰਦੇ। ਤੁਸੀਂ ਦੇਖੋ ਜਿੱਥੇ ਪੰਜਾਬੀ ਜਾਂਦੇ ਆ, ਮੈਂ ਕਹਿੰਦਾ ਕਿ ਤੁਸੀਂ ਦੇਖੋ ਕਿ ਜਿੱਥੇ ਪੰਜਾਬੀ ਜਾਂਦੇ ਆ ਪਤਾ ਲੱਗਦਾ ਕਿ ਇਹ ਪੰਜਾਬੀ ਆਉਂਦਾ, ਲੱਗਦਾ ਨਾ ਪਤਾ। ਜਿਵੇਂ ਤੁਸੀਂ ਜਾਂਦੇ ਹੋ ਪਤਾ ਲੱਗਦਾ ਨਾ ਪੰਜਾਬੀ ਆਉਂਦਾ, ਮਤਲਬ ਅਲੱਗ ਹੀ ਚੀਜ਼ ਹੈ ਪੰਜਾਬੀ। ਮਤਲਬ ਸਾਨੂੰ ਚਾਹੀਦਾ ਵੈ ਕਿ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲੀਏ, ਔਰ ਅਸੀਂ ਨਾਲ ਲੈ ਕੇ ਚੱਲਦੇ ਵੀ ਹਾਂ। ਵਿਰੋਧ ਤੇ ਅਸੀਂ ਕਰਨਾ ਸਿੱਖਿਆ ਹੀ ਨਹੀਂ ਕਿਸੇ ਦਾ, ਗਲਤ ਹੋਊਗੀ ਤੇ ਕਰਾਂਗੇ ਵਿਰੋਧ, ਜੇ ਗਲਤ ਨਹੀਂ ਹੋਊਗੀ ਤੇ ਬਿਲਕੁਲ ਨਹੀਂ। ਪਰ ਦੂਜੇ ਪਾਸੇ ਦੀ ਗੱਲ ਕਰੀਏ ਤਾਂ ਕੰਗਣਾ ਰਣੌਤ ਬਾਕੀਆਂ ਨੂੰ ਨਾਲ ਲੈ ਕੇ ਕਿਉਂ ਨਹੀਂ ਚੱਲਦੀ, ਕਿਉਂ ਕਿਸਾਨਾਂ ਨੂੰ ਮਾੜਾ ਬੋਲਦੀ ਹੈ? ਇਹ ਤੋਂ ਮਾੜਾ ਬੋਲਿਆ ਤੁਸੀਂ ਆਪਣੇ ਵੱਲੋਂ ਕਹੀ ਜਾਂਦੇ ਹੋ। ਆਪਣੇ ਵੱਲੋਂ ਨਹੀਂ ਕਹਿ ਰਹੇ ਅਸੀਂ, ਕਿਸਾਨ ਕਹਿ ਰਹੇ ਨੇ, ਕਿਸਾਨ ਕਹਿ ਰਹੇ ਨੇ। ਤੁਸੀਂ ਕਿਸਾਨਾਂ ਦੇ ਹੱਕ 'ਚ ਨਹੀਂ ਹੋ, ਕੋਈ ਮਾੜਾ ਨਹੀਂ ਬੋਲਿਆ ਕਿਸੇ ਨੂੰ ਵੀ, ਤੁਸੀਂ ਕਿਸਾਨਾਂ ਦੇ ਹੱਕ 'ਚ ਹੈਗੇ ਹੋ? ਨਹੀਂ, ਮੇਰੇ ਭਰਾ ਨੇ ਕਿਸਾਨ, ਮੈਂ ਕਿਉਂ ਗਲਤ ਬੋਲੂੰਗਾ? ਮੇਰੇ ਪੰਜਾਬ ਦੀ ਜਿੰਦ ਜਾਨ ਨੇ ਕਿਸਾਨ, ਮੈਂ ਗਲਤ ਕਿਉਂ ਬੋਲੂੰਗਾ? ਠੀਕ ਹੈ ਜੀ, ਗਲਤ ਉਦੋਂ ਬੋਲੂੰਗਾ ਜਦੋਂ ਕੋਈ ਮੇਰੇ ਪੰਜਾਬ ਬਾਰੇ ਗਲਤ ਬੋਲੇਗਾ। ਸ਼ੰਭੂ ਬਾਰਡਰ 'ਤੇ ਜੋ ਹੋਇਆ, ਕੰਗਣਾ ਰਣੌਤ ਨੇ ਟਿੱਪਣੀ ਕੀਤੀ, ਕਿਸਾਨ ਕਹਿ ਰਹੇ ਨੇ ਇਹ ਕਿ ਵੀ ਉੱਥੇ ਸਾਰੇ ਜਿਹੜੇ ਨੇ ਉਹ ਗੁੰਡੇ ਨੇ, ਕਿਸਾਨ ਨਹੀਂ ਹੈਗੇ। ਤੁਸੀਂ ਆਪਣੇ ਵੱਲੋਂ ਗੱਲਾਂ ਕਰੀ ਜਾਓ। ਆਪਣੇ ਵੱਲੋਂ ਕਿਉਂ ਕਹਿ ਰਹੇ? ਅਸੀਂ ਦਿਖਾ ਦਈਏ ਤੁਹਾਨੂੰ, ਅਸੀਂ ਦਿਖਾ ਦਈਏ ਤੁਹਾਨੂੰ। ਤੁਸੀਂ ਦਿਖਾਓਗੇ ਫਿਰ ਬੋਲੂੰਗਾ, ਐਵੇਂ ਮੈਂ ਸੁਣਿਆ ਨਹੀਂ। ਤੁਸੀਂ ਆਪਣੇ ਵੱਲੋਂ ਗੱਲਾਂ ਕਰੀ ਜਾਓ ਕਿ ਫਿਰ ਐਕਟਿਵ, ਤੁਸੀਂ ਫਿਰ ਐਕਟਿਵ ਰਿਹਾ ਕਰੋ ਸੋਸ਼ਲ ਮੀਡੀਆ 'ਤੇ, ਸਿਰਫ ਇੱਕੋ ਚੀਜ਼ ਨਾ ਦੇਖਿਆ ਕਰੋ। ਇੱਕੋ ਮੈਂ ਕਿਹੜੀ ਚੀਜ਼ ਦੇਖ ਲਈ ਤੁਸੀਂ ਮੈਨੂੰ ਦੱਸ ਦਿਓ? ਤੁਸੀਂ ਕਹਿੰਦੇ ਮੈਂ ਫਿਲਮ ਨਹੀਂ ਦੇਖੀ, ਫਿਰ ਤੁਸੀਂ ਕਿਵੇਂ ਤਾਰੀਫ ਕਰ ਸਕਦੇ ਹੋ? ਮੈਂ ਕਿਹੜੀ ਚੀਜ਼ ਦੇਖ ਲਈ ਫਿਲਮ? ਤੁਸੀਂ ਤਾਰੀਫ ਕਿਵੇਂ ਕਰ ਸਕਦੇ ਹੋ? ਮੰਨ ਲਓ ਤੁਹਾਡੇ ਫਿਲਮ ਦੇਖਾਏ ਤੁਸੀਂ? ਨਹੀਂ, ਅਸੀਂ ਨਹੀਂ ਦੇਖੀ, ਨਾ ਤਾਂ ਅਸੀਂ ਇਹਦਾ ਵਿਰੋਧ ਕਰ ਰਹੇ, ਨਾ ਤਾਂ ਉਹਦੇ ਹੱਕ 'ਚ। ਰਿਲੀਜ਼ ਹੋਣੀ ਹੈ, ਜਦੋਂ ਰਿਲੀਜ਼ ਹੋਏਗੀ ਫਿਰ ਤੁਹਾਨੂੰ ਫੋਨ ਮਾਰੂੰਗਾ, ਸਾਰਿਆਂ ਪਹਿਲਾਂ ਟਿਕਟਾਂ ਬੁੱਕ ਕਰਾਉਣ ਜਾਊਂਗਾ ਕਿ ਕਹੂੰਗਾ ਮਾਲ ਦੇ ਵਿੱਚ ਕਿ ਫਿਲਮ ਇੰਨੇ ਸ਼ਿਵ ਸੈਨਿਕ ਫਿਲਮ ਦੇਖਣ ਆ ਰਹੇ ਆ, ਮੇਰੇ ਪੱਤਰਕਾਰ ਸਾਹਿਬ ਫਿਲਮ ਦੇਖਣ ਆ ਰਹੇ ਆ, ਤੇ ਸਾਨੂੰ ਇੰਨੀ ਇੰਨੀ ਟਿਕਟਾਂ ਦਿਓ, ਫਿਰ ਗੱਲ ਕਰੂੰਗਾ, ਫਿਰ ਤੁਹਾਨੂੰ ਕਹੂੰਗਾ ਹੁਣ ਦੱਸੋ ਫਿਲਮ 'ਚ ਗਲਤ ਕੀ ਹੈ। ਇੱਕ ਵਾਰ ਦੇਖੀਏ ਤੁਸੀਂ, ਜੇ ਕੋਈ ਵਿਰੋਧ ਦਾ ਉਸਦੇ ਵਿੱਚ ਕਾਰਨ ਲੱਗਿਆ ਤਾਂ ਅਮਿਤ ਅਰੋੜਾ ਉਸਦਾ ਵਿਰੋਧ ਕਰੇਗਾ? ਮੇਰੀ ਗੱਲ ਸੁਣੋ, ਜੇ ਕੁਝ ਗਲਤ ਹੋਊਗਾ ਤੇ ਮੈਂ ਵਿਰੋਧ ਕਰੂੰਗਾ, ਜੇ ਸਹੀ ਹੋਊਗਾ ਤੇ ਮੈਂ ਕਹੂੰਗਾ ਬੱਲੇ 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 ਬੱਲੇ, ਤੇ ਮੈਂ ਗਾ ਹੀ ਰਿਹਾ ਕੰਗਣਾ ਦੀ, ਕਿਉਂਕਿ ਮੈਂ ਕੰਗਣਾ ਦੇ ਫੈਨ ਆ, ਕੰਗਣਾ ਦੇ ਨਾਲ ਆ, ਔਰ ਮੈਂ ਕਹਿੰਦਾ ਭਾਰਤ ਕੀ ਬੇਟੀ ਹਮੇਸ਼ਾ ਜ਼ਿੰਦਾਬਾਦ ਹੈ, ਪੂਰਾ ਭਾਰਤ ਵਰਸ਼ ਦੇ ਨਾਲ ਹੈ, ਹਿੰਦੁਸਤਾਨ ਆਲ ਵਰਲਡ ਉਹਦੇ ਨਾਲ ਹੈ, ਕਿਉਂਕਿ ਫਿਲਮ ਦੀ ਹੋਣੀ ਹੈ ਬੱਲੇ ਬੱਲੇ, ਬਾਕੀ ਸਾਰੇ ਥੱਲੇ ਥੱਲੇ। ਫਿਲਮ 'ਚ ਰੋਲ ਤਾਂ ਨਹੀਂ ਚਾਹੀਦਾ ਤੁਹਾਨੂੰ ਕਿਸੇ ਦੇ ਤਾਂ ਤਾਰੀਫ ਕਰ ਰਹੇ? ਮੇਰੀ ਗੱਲ ਸੁਣੋ, ਜਦੋਂ ਰੋਲ ਮਿਲੇਗਾ ਤੁਹਾਨੂੰ ਪਹਿਲਾਂ ਬੁਲਾਊਂਗਾ, ਤੁਹਾਡੀ ਇੰਟਰਵਿਊ ਚਾਹੀਦਾ, ਮਤਲਬ ਚਾਹੀਦਾ ਕਲਾਕਾਰਾਂ ਦੇ, ਕਲਾਕਾਰ ਨੂੰ ਤੇ ਹਰ ਚੀਜ਼ ਚਾਹੀਦੀ ਹੁੰਦੀ ਹੈ, ਜੇ ਰੱਬ ਨੇ ਕਲਾ ਬਖਸ਼ੀ ਹੈ ਤੇ ਫਿਰ ਤੁਹਾਨੂੰ ਪਤਾ ਹੀ ਹੈ ਕਲਾਕਾਰ ਤੇ ਹਰ ਚੀਜ਼ ਚਾਹੀਦੀ ਹੈ। ਲੋਕਾਂ ਨੇ ਇਹ ਕਹਿਣਾ ਕਿ ਵੀ ਐ ਤਾਂ ਕੋਈ ਤਰੀਕਾ ਲੱਭਿਆ ਨਹੀਂ ਹੈਗਾ ਹੁਣ ਕਿਸੇ ਦੀ ਤਾਰੀਫ ਕਰਕੇ ਜਾਂ ਕੰਗਣਾ ਨੇ ਤਾਰੀਫ ਕਰ ਲਈਏ ਵੀ ਅਮਿਤ ਅਰੋੜਾ ਨੂੰ ਕੋਈ ਰੋਲ ਮਿਲ ਜਾਵੇ, ਕਿਉਂਕਿ ਪਹਿਲਾਂ ਤੁਹਾਡਾ ਗਾਣਾ ਚੱਲਿਆ ਸੀਗਾ ਉਹ ਥੱਲੇ ਹੋ ਗਿਆ, ਹੁਣ ਦੁਬਾਰਾ ਸਟੈਂਡ ਖੇਡ ਰਹੇ। ਗਾਣਾ ਥੱਲੇ ਨਹੀਂ, ਤੁਸੀਂ ਦੇਖੇ ਮੇਰੇ ਗਾਣੇ ਕਿੰਨੇ ਚਲਾਏ ਸੀ ਨਾ ਤੁਸੀਂ, ਕਿੱਦਾਂ ਬੱਲੇ ਬੱਲੇ ਹੋਈ, ਹਿੰਦੂ ਜੱਟ ਚੈਲੰਜ ਲੁਆਇਨ ਸ਼ੇਰ ਹੈ ਅਮਿਤ ਅਰੋੜਾ, ਕੌਣ ਹੈ? ਸ਼ੇਰ, ਔਰ ਸ਼ੇਰਾਂ ਵਰਗੀ ਦਹਾੜ ਹੈ,
ਠੀਕ ਹੈ ਨਾ ਜੀ, ਔਰ ਜਿਹਦਾ ਸਾਥ ਦੇਣਾ ਦਿਲੋਂ ਦੇਣਾ ਔਰ ਠੋਕ ਕੇ ਦੇਣਾ। ਇਸ ਲਈ ਮੈਂ ਕਹਿ ਰਿਹਾ ਸਾਰੇ ਪੰਜਾਬੀ ਹਿੰਦੂਆਂ ਨੂੰ, ਸਾਰੇ ਪੰਜਾਬ ਦੇ ਵਾਸੀਆਂ ਨੂੰ, ਆਪਾਂ ਫਿਲਮ ਨੂੰ ਵੱਧ ਚੜ੍ਹ ਕੇ ਦੇਖਣਾ ਔਰ ਫਿਲਮ ਨੂੰ ਆਪਾਂ ਕਾਮਯਾਬ ਬਣਾਉਣਾ। ਜੈ ਸ਼੍ਰੀ ਕ੍ਰਿਸ਼ਨ।